ਕੀ ਹੈ ਸਤਲੁਜ ਯਮੁਨਾ ਲਿੰਕ SYL ਨਹਿਰ ਦਾ ਪੂਰਾ ਮਸਲਾ? ਸੰਨ 1976 ਵਿੱਚ ਭਾਰਤ ਦੀ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਵੱਲੋਂ ਇੱਕ ਨੋਟੀਫਿਕੇਸ਼ਨ ਜਾਰੀ ਕਰਕੇ ਪੰਜਾਬ ਦਾ 35 ਲੱਖ ਏਕੜ ਫੁੱਟ ਦਰਿਆਈ ਪਾਣੀ ਹਰਿਆਣੇ ਨੂੰ ਦੇਣ ਦਾ ਐਲਾਨ ਕੀਤਾ ਗਿਆ। ਸਤਲੁਜ ਯਮੁਨਾ ਲਿੰਕ ਨਹਿਰ, ਜਿਸ ਨੂੰ ਆਮ ਕਰਕੇ SYL ਕਿਹਾ ਜਾਂਦਾ ਹੈ, ਰਾਹੀਂ ਸਤਲੁਜ ਦਾ ਇਹ ਪਾਣੀ ਹਰਿਆਣੇ ਨੂੰ ਦਿੱਤਾ ਜਾਣਾ। 1978 ਵਿੱਚ ਪੰਜਾਬ ਦੇ ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਨਹਿਰ ਦੀ ਉਸਾਰੀ ਕਰਨੀ ਮਨਜ਼ੂਰ ਕਰ ਲਈ, ਪਰ ਬਾਅਦ ਵਿੱਚ ਪੰਜਾਬ ਦੇ ਹੋਰਨਾਂ ਆਗੂਆਂ ਦੇ ਦਬਾਅ ਅੱਗੇ ਝੁਕਦਿਆਂ ਉਸਨੇ ਇਹ ਉਸਾਰੀ ਕਰਵਾਉਣ ਤੋਂ ਇਨਕਾਰ ਕਰ ਦਿੱਤਾ। ਅਪ੍ਰੈਲ 1982 ਵਿੱਚ ਇੰਦਰਾ ਗਾਂਧੀ ਨੇ ਕਪੂਰੀ ਦੇ ਸਥਾਨ ਉੱਪਰ ਟੱਕ ਲਾ ਕੇ ਨਹਿਰ ਦੀ ਉਸਾਰੀ ਦਾ ਕੰਮ ਸ਼ੁਰੂ ਕਰਵਾਉਣ ਦਾ ਯਤਨ ਕੀਤਾ, ਪਰ ਇਸੇ ਸਾਲ ਧਰਮ ਯੁੱਧ ਮੋਰਚਾ ਸ਼ੁਰੂ ਹੋ ਜਾਣ ਕਾਰਨ ਇਸ ਨਹਿਰ ਦੀ ਉਸਾਰੀ ਨਾ ਹੋ ਸਕੀ। ਫਿਰ 1985 ਵਿੱਚ ਬਰਨਾਲਾ ਸਰਕਾਰ ਨੇ ਇਸ ਨਹਿਰ ਦੀ ਉਸਾਰੀ ਵੱਡੇ ਪੱਧਰ ਉੱਪਰ ਕਰਵਾਈ, ਪਰ ਸੰਘਰਸ਼ੀ ਖਾੜਕੂ ਸਿੰਘਾਂ ਦੇ ਐਕਸ਼ਨ ਤੋਂ ਬਾਅਦ ਇਹ ਨਹਿਰ ਅੱਜ ਤੱਕ ਬੰਦ ਪਈ ਹੈ। ਹਰਿਆਣੇ ਨੇ ਨਹਿਰ ਦੀ ਪੁਨਰ ਉਸਾਰੀ ਲਈ ਇੰਡੀਅਨ ਸੁਪਰੀਮ ਕੋਰਟ ਵਿੱਚ ਇੱਕ ਅਰਜ਼ੀ ਦਾਖਲ ਕੀਤੀ, ਜਿਸ ਉੱਤੇ ਸੁਣਵਾਈ ਕਰਦਿਆਂ 4 ਜੂਨ 2004 ਨੂੰ ਇਸ ਅਦਾਲਤ ਨੇ ਪੰਜਾਬ ਸਰਕਾਰ ਨੂੰ 14 ਜੁਲਾਈ 2004 ਤੱਕ ਨਹਿਰ ਮੁਕੰਮਲ ਕਰਨ ਦੇ ਆਦੇਸ਼ ਦਿੱਤੇ ਅਤੇ ਨਾਲ ਹੀ ਇਹ ਕਹਿ ਦਿੱਤਾ ਕਿ ਜੇਕਰ ਪੰਜਾਬ ਮਿੱਥੀ ਤਰੀਕ ਤੱਕ ਨਹਿਰ ਦੀ ਉਸਾਰੀ ਨਹੀਂ ਕਰਦਾ ਤਾਂ ਕੇਂਦਰ ਸਰਕਾਰ ਇਹ ਕੰਮ ਆਪਣੀ ਕਿਸੇ ਏਜੰਸੀ ਕੋਲੋਂ ਪੂਰਾ ਕਰਵਾਏ। ਇਸ ਸਮੇਂ ਦੌਰਾਨ 12 ਜੁਲਾਈ 2004 ਨੂੰ ਪੰਜਾਬ ਦੀ ਵਿਧਾਨ ਸਭਾ ਨੇ ਇੱਕ ਕਾਨੂੰਨ ਬਣਾਇਆ, ਜਿਸ ਨੂੰ ਪੰਜਾਬ ਸਮਝੌਤਿਆਂ ਦਾ ਖਾਤਮਾ ਕਾਨੂੰਨ 2004 ਭਾਵ ਪੰਜਾਬ ਟਰਮੀਨੇਸ਼ਨ ਆਫ ਐਗਰੀਮੈਂਟਸ 2004 ਦਾ ਨਾਂ ਦਿੱਤਾ ਗਿਆ। ਇਸ ਕਾਨੂੰਨ ਤਹਿਤ ਪੰਜਾਬ ਨੇ ਦਰਿਆਈ ਪਾਣੀਆਂ ਦੀ ਵੰਡ ਸੰਬੰਧੀ ਪਿਛਲੇ ਸਾਰੇ ਕਥਿਤ ਸਮਝੌਤੇ ਰਾਜੀਵ ਲੌਂਗੋਵਾਲ ਸਮਝੌਤੇ ਸਮੇਤ ਰੱਦ ਕਰ ਦਿੱਤੇ। ਇਸ ਤਰ੍ਹਾਂ ਵਕਤੀ ਤੌਰ 'ਤੇ ਨਹਿਰ ਦੀ ਉਸਾਰੀ ਇੱਕ ਵਾਰ ਫਿਰ ਸ਼ੁਰੂ ਹੋਣ ਰੁਕ ਗਈ। ਇਸ ਕਾਨੂੰਨ ਨਾਲ ਸਤਲੁਜ ਯਮੁਨਾ ਲਿੰਕ ਨਹਿਰ ਦੀ ਉਸਾਰੀ ਤਾਂ ਭਾਵੇਂ ਸ਼ੁਰੂ ਹੋਣੋਂ ਇੱਕ ਵਾਰ ਫਿਰ ਟਲ ਗਈ, ਪਰ ਇਹ ਕਾਨੂੰਨ ਉਸ ਵਕਤ ਸੱਤਾਧਾਰੀ ਕਾਂਗਰਸ ਅਤੇ ਉਸ ਵਕਤ ਦੀ ਵਿਰੋਧੀ ਧਿਰ ਬਾਦਲ ਭਾਜਪਾ ਗੱਠਜੋੜ ਵੱਲੋਂ ਸਾਂਝੇ ਰੂਪ ਵਿੱਚ ਪੰਜਾਬ ਦੇ ਹਿੱਤਾਂ ਨਾਲ ਬਹੁਤ ਵੱਡਾ ਧੋਖਾ ਕੀਤਾ ਗਿਆ, ਕਿਉਂਕਿ ਇਸ ਕਾਨੂੰਨ ਵਿੱਚ ਇੱਕ 5 ਨੰਬਰ ਧਾਰਾ ਪਾਈ ਗਈ, ਜਿਸ ਵਿੱਚ ਕਿਹਾ ਗਿਆ ਸੀ ਕਿ ਜੋ ਦਰਿਆਈ ਪਾਣੀ ਪੰਜਾਬ ਤੋਂ ਬਾਹਰ ਦੂਸਰੇ ਸੂਬਿਆਂ ਭਾਵ ਰਾਜਸਥਾਨ, ਦਿੱਲੀ ਅਤੇ ਹਰਿਆਣਾ ਨੂੰ ਦਿੱਤਾ ਜਾ ਰਿਹਾ ਹੈ ਉਹ ਜਾਰੀ ਰਹੇਗਾ। ਇਸ ਤੋਂ ਪਹਿਲਾਂ ਪੰਜਾਬ ਵਿਧਾਨ ਸਭਾ ਨੇ ਕਦੇ ਵੀ ਪੰਜਾਬ ਦੇ ਦਰਿਆਈ ਪਾਣੀਆਂ ਦੀ ਗੈਰ ਕਾਨੂੰਨੀ ਅਤੇ ਗੈਰ ਸੰਵਿਧਾਨਕ ਵੰਡ ਨੂੰ ਪ੍ਰਵਾਨਗੀ ਨਹੀਂ ਸੀ ਦਿੱਤੀ। ਇਸ ਤੋਂ ਬਾਅਦ ਬਾਦਲ ਦਲ ਵੱਲੋਂ ਆਪਣੇ ਚੋਣ ਮਨੋਰਥ ਪੱਤਰਾਂ ਵਿੱਚ ਪੰਜਾਬ ਦੇ ਲੋਕਾਂ ਨਾਲ ਵਾਅਦਾ ਕੀਤਾ ਗਿਆ ਸੀ ਕਿ ਉਹਨਾਂ ਦੀ ਸਰਕਾਰ ਬਣਨ ਉੱਤੇ ਇਹ ਧਾਰਾ 5 ਰੱਦ ਕਰ ਦਿੱਤੀ ਜਾਵੇਗੀ, ਪਰ ਸਾਲ 2007 ਅਤੇ 2012 ਵਿੱਚ ਲਗਾਤਾਰ 2 ਵਾਰ ਪੰਜਾਬ ਵਿੱਚ ਸਰਕਾਰ ਬਣਾਉਣ ਦੇ ਬਾਵਜੂਦ ਵੀ ਇਹ ਬਾਦਲ ਦਲ ਵੱਲੋਂ ਧਾਰਾ 5 ਰੱਦ ਨਹੀਂ ਕੀਤੀ ਗਈ। ਇਸੇ ਦੌਰਾਨ ਕੇਂਦਰ ਸਰਕਾਰ ਨੇ ਪੰਜਾਬ ਦੇ ਇਸ ਕਾਨੂੰਨ ਵਿਰੁੱਧ ਸੁਪਰੀਮ ਕੋਰਟ ਕੋਲ ਇੰਡੀਅਨ ਸੰਵਿਧਾਨ ਦੀ ਧਾਰਾ 143 ਤਹਿਤ ਰਾਏਦਾਰੀ ਪਟੀਸ਼ਨ ਪਾ ਦਿੱਤੀ ਗਈ। 10 ਨਵੰਬਰ 2016 ਨੂੰ ਸੁਪਰੀਮ ਕੋਰਟ ਨੇ ਇਸ ਪਟੀਸ਼ਨ ਦਾ ਫੈਸਲਾ ਪੰਜਾਬ ਦੇ ਉਲਟ ਸੁਣਾ ਦਿੱਤਾ ਤੇ ਨਹਿਰ ਛੇਤੀ ਬਣਾਉਣ ਦਾ ਫਰਮਾਨ ਜਾਰੀ ਕਰ ਦਿੱਤਾ। ਨਹਿਰ ਦੀ ਉਸਾਰੀ ਸ਼ੁਰੂ ਹੋਣ ਤੋਂ ਰੋਕਣ ਦੀ ਕੋਸ਼ਿਸ਼ ਕਰਦਿਆਂ ਪੰਜਾਬ ਵਿਧਾਨ ਸਭਾ ਨੇ 16 ਨਵੰਬਰ 2016 ਨੂੰ ਨਹਿਰ ਦੀ ਜ਼ਬਤ ਕੀਤੀ ਜ਼ਮੀਨ ਮੂਲ ਮਾਲਕਾਂ ਨੂੰ ਵਾਪਸ ਕਰਨ ਦਾ ਐਲਾਨ ਕਰ ਦਿੱਤਾ, ਪਰ ਇਹ ਮਾਮਲਾ ਮੁੜ ਸੁਪਰੀਮ ਕੋਰਟ ਚਲਾ ਗਿਆ ਅਤੇ 1 ਦਸੰਬਰ 2016 ਨੂੰ ਸੁਪਰੀਮ ਕੋਰਟ ਨੇ ਪੰਜਾਬ ਵਿਧਾਨ ਸਭਾ ਦੇ ਫੈਸਲੇ ਉੱਤੇ ਰੋਕ ਲਗਾ ਦਿੱਤੀ ਤੇ ਬੰਦ ਪਈ ਨਹਿਰ ਦੀ ਸਥਿਤੀ ਉੱਤੇ ਨਿਗਾਹ ਰੱਖਣ ਲਈ
ਰਿਸੀਵਰ ਨਿਯੁਕਤ ਕਰ ਦਿੱਤਾ। ਇਹ ਯਾਦ ਰੱਖਣਾ ਚਾਹੀਦਾ ਕਿ ਸਤਲੁਜ ਯਮੁਨਾ ਲਿੰਕ ਨਹਿਰ ਦਾ ਮਸਲਾ ਪੰਜਾਬ ਦੇ ਦਰਿਆਈ ਪਾਣੀਆਂ ਦੀ ਲੁੱਟ ਦਾ ਸਾਰਾ ਮਸਲਾ ਨਹੀਂ ਹੈ। 20 ਲੱਖ ਏਕੜ ਫੁੱਟ ਦਾ ਰੌਲਾ, 1 ਲੱਖ 140 ਲੱਖ ਏਕੜ ਫੁੱਟ ਤਾਂ ਵੈਸੇ ਜਾ ਹੀ ਰਿਹਾ ਪਹਿਲਾਂ ਹੀ, 20 ਲੱਖ ਏਕੜ ਫੁੱਟ ਵੀ ਜਿਹੜਾ ਜਾਣਾ ਉਹ ਪੰਜਾਬ 'ਚ ਹੈ ਨਹੀਂ, ਪਾਣੀ ਘੱਟ ਗਿਆ ਹੋਇਆ। 10 ਕੁ ਲੱਖ ਏਕੜ ਫੁੱਟ ਉਹ ਨਹਿਰਾਂ ਦੀ ਕਪੈਸਿਟੀ ਵਧਾ ਕੇ ਲਿਜਾ ਹੀ ਰਹੇ, ਤਾਂ ਉਹ ਜਾਣੀ ਕਿ ਕੋਈ ਕੱਢਣ ਪਾਉਣ ਨੂੰ ਨਹੀਂ ਹੈ। ਇਹ ਐਸਾ ਮਸਲਾ ਆ ਜਿਹੜੇ ਇੱਕ ਮਸਲੇ ਦੇ ਲਈ ਤੁਹਾਨੂੰ 12 ਮਹੀਨੇ ਫੁੱਲ ਟਾਈਮ ਕੰਮ ਕਰਨਾ ਪੈਣਾ। ਇਸ ਨਹਿਰ ਰਾਹੀਂ ਪੰਜਾਬ ਦੇ ਸਤਲੁਜ ਦਰਿਆ ਦਾ 35 ਲੱਖ ਏਕੜ ਫੁੱਟ ਪਾਣੀ ਹਰਿਆਣੇ ਨੂੰ ਦਿੱਤਾ ਜਾਣਾ ਸੀ, ਪਰ ਇਸ ਵਿੱਚੋਂ ਕਰੀਬ 18 ਲੱਖ ਏਕੜ ਫੁੱਟ ਪਾਣੀ ਪਹਿਲਾਂ ਹੀ ਭਾਖੜਾ ਨਹਿਰ ਵਿੱਚ ਵਾਧੂ ਛੱਡ ਕੇ ਹਰਿਆਣੇ ਨੂੰ ਦਿੱਤਾ ਜਾ ਰਿਹਾ ਹੈ। ਸੋ ਨਹਿਰ ਉਸਾਰੀ ਦਾ ਮਸਲਾ ਰਹਿੰਦਾ 17 ਲੱਖ ਏਕੜ ਫੁੱਟ ਪਾਣੀ ਲੈਣ ਵਾਸਤੇ ਹੈ। ਦੂਜੇ ਪਾਸੇ ਭਾਖੜਾ ਤੇ ਇੰਦਰਾ ਗਾਂਧੀ ਨਹਿਰ ਰਾਹੀਂ ਪੰਜਾਬ ਦੇ ਦਰਿਆਵਾਂ ਦੇ ਪਾਣੀ ਦਾ ਬਹੁਤ ਵੱਡਾ ਹਿੱਸਾ ਗੈਰ ਰਿਪੀਰੀਅਨ ਸੂਬਿਆਂ ਨੂੰ ਦਿੱਤਾ ਜਾ ਰਿਹਾ ਹੈ। ਰਾਜਸਥਾਨ ਦੀ ਜਿਹੜੀ ਤੁਸੀਂ ਇਹ ਕੈਨਾਲ ਦੇਖੋਗੇ, ਇਹ ਸਾਰੀ ਕੈਨਾਲ ਬਾਰਡਰ ਦੇ ਨਾਲ ਨਾਲ ਮੂਵ ਕਰਦੀ ਹੈ, ਜੈਸਲਮੇਰ ਤੱਕ, ਜੈਸਲਮੇਰ ਤੋਂ ਅੱਗੇ ਤੱਕ। ਜਿਵੇਂ ਜਿਵੇਂ ਬਾਰਡਰ ਮੂਵ ਕਰੀ ਜਾਂਦਾ, ਉਵੇਂ ਉਵੇਂ ਇਹ ਨਹਿਰ ਮੂਵ ਕਰੀ ਜਾਂਦੀ ਹੈ। ਅਤੇ ਨਹਿਰ ਇਹ ਨਹੀਂ ਹੈ ਕਿ ਇਹ ਨੈਚੁਰਲ ਜਾਂਦੀ ਹੈ, ਦੋ ਜਗ੍ਹਾ ਤੋਂ ਪਾਣੀ ਲਿਫਟ ਕਰਕੇ ਪਾਇਆ ਹੋਇਆ। ਕਈ ਵਾਰ ਅਸੀਂ ਇਹ ਮੰਨ ਸਕਦੇ ਹਾਂ ਵੀ ਨਹਿਰ ਦਾ ਕੁਦਰਤ ਦੀ ਧਰਤੀ ਦੀ ਢਲਾਣ ਹੀ ਇੱਦਾਂ ਆ ਵੀ ਉਹ ਧਰਤੀ ਦੀ ਢਲਾਣ ਹੀ ਬਾਰਡਰ ਦੇ ਨਾਲ ਨਾਲ ਘੁੰਮਦੀ ਆ, ਫਿਰ ਚਲੋ ਆਪਾਂ ਮੰਨ ਲੈਂਦੇ ਹਾਂ ਵੀ ਇਹ ਨਹਿਰ ਕੁਦਰਤੀ ਤੌਰ 'ਤੇ ਇਰੀਗੇਸ਼ਨ ਲਈ ਬਣਾਈ ਗਈ ਹੋਊਗੀ। ਬਟ ਉੱਥੇ ਕੁਦਰਤੀ ਤੌਰ 'ਤੇ ਢਲਾਣ ਇੱਦਾਂ ਨਹੀਂ ਹੈ, ਪਾਣੀ ਚੱਕ ਚੱਕ ਕੇ 2 ਵਾਰ ਪਾਇਆ ਹੋਇਆ। ਇੱਕ ਦੂਜਾ ਇਹ ਆ ਵੀ ਇੰਨੇ ਸਾਲ ਬੀਤ ਜਾਣ ਤੋਂ ਬਾਅਦ ਉਹ ਏਰੀਆ ਜਿਹੜਾ ਅਜੇ ਵੀ ਖੇਤੀ ਦੇ ਅੰਦਰ ਨਹੀਂ ਲਿਆਂਦਾ ਜਾ ਸਕਿਆ। ਬਿਲਕੁਲ ਰਾਜਸਥਾਨ ਦਾ ਜਿਹੜਾ ਏਰੀਆ, ਪੁਰਾਣੇ ਗੰਗਾਨਗਰ ਜਿਹੜਾ ਜ਼ਿਲ੍ਹਾ ਹੈਗਾ, ਜਿਹੜਾ ਪੰਜਾਬ ਦੇ ਨਾਲ ਲੱਗਦਾ, ਉੱਥੇ ਇਲਾਕਾ ਖੇਤੀ ਦੇ ਅਧੀਨ ਲਿਆਂਦਾ ਜਾ ਸਕਿਆ। ਉਦੋਂ ਅੱਗੇ ਅੱਜ ਵੀ ਤੁਸੀਂ ਦੇਖ ਲਓ, ਉਹ ਨਹਿਰ ਦੇ 50 ਸਾਲ ਤੋਂ ਵੀ ਜ਼ਿਆਦਾ ਚੱਲਦੀ ਨੂੰ ਹੋ ਗਏ, ਉਹ ਚੱਲਣ ਦੇ ਬਾਵਜੂਦ ਵੀ ਉੱਥੇ ਰੇਗਿਸਤਾਨ ਦਾ ਰੇਗਿਸਤਾਨ ਹੀ ਹੈ। ਦੂਜੀ ਗੱਲ ਇਹ ਆ ਵੀ ਹੁਣ ਇੱਥੇ ਮਤਲਬ ਕਿੰਨੀ ਜ਼ਿਆਦਾ ਅਵੇਅਰਨੈਸ ਹੈਗੀ ਆ ਮਿੱਟੀ ਬਾਰੇ। ਜਦੋਂ ਕੋਈ ਖੇਤੀ ਕਰਨੀ ਹੋਏ ਤਾਂ ਖੇਤੀ 'ਚ ਕੋਈ ਵੀ ਫਸਲ ਬੀਜਣੀ ਹੋਏ, ਸਭ ਤੋਂ ਪਹਿਲੀ ਸ਼ਰਤ ਇਹ ਕਹੀ ਜਾਂਦੀ ਆ ਵੀ ਮਿੱਟੀ ਟੈਸਟ ਕਰਾਓ। ਅਤੇ ਉਹ ਮਿੱਟੀ ਜਿਹੜੀ ਹੈਗੀ ਆ ਸਾਰੀ, ਉਹ ਸਾਰਿਆਂ ਨੂੰ ਮਤਲਬ ਇੱਕ ਨੋਨ ਫੈਕਟ ਹੈ, ਇੱਕ ਵੀ ਉਹ ਮਿੱਟੀ ਜਿਹੜੀ ਹੈਗੀ ਉਹ ਖੇਤੀ ਕਰਨ ਯੋਗ ਹੈ ਹੀ ਨਹੀਂ, ਅਤੇ ਨਾ ਉਹ ਅੱਜ ਤੱਕ ਡਿਵੈਲਪ ਹੋਈ ਆ ਖੇਤੀ ਲਈ। ਤਾਂ ਜੇ ਖੇਤੀ ਲਈ ਉਹਦੀ ਯੂਜ਼ ਹੈ ਨਹੀਂ, ਉਹ ਇਲਾਕੇ ਆ ਜਿਹੜੇ ਆਬਾਦੀ ਉੱਥੇ ਹੈ ਨਹੀਂ, ਤਿੰਨ ਚੀਜ਼ਾਂ ਲਈ ਪਾਣੀ ਦੀ ਵਰਤੋਂ ਹੋ ਸਕਦੀ ਆ। ਨਹਿਰਾਂ ਦੀ ਵਰਤੋਂ ਖੇਤੀ ਲਈ ਹੁੰਦੀ, ਜਾਂ ਕਿਤੇ ਕਿਤੇ ਉਹ ਜਿਹੜੀਆਂ ਖੇਤੀ ਲਈ ਜਾ ਰਹੀਆਂ ਨਹਿਰਾਂ, ਉਹਨਾਂ 'ਚੋਂ ਤੁਸੀਂ ਜਿਹੜੇ ਨੇੜੇ ਨੇੜੇ ਦੇ ਸ਼ਹਿਰ ਆ ਉਹਨਾਂ ਸ਼ਹਿਰਾਂ ਨੂੰ ਤੁਸੀਂ ਪਾਣੀ ਲੈ ਸਕਦੇ ਆ, ਪੀਣ ਲਈ ਲੈ ਸਕਦੇ ਆ, ਜਾਂ ਇੰਡਸਟਰੀ ਲਈ ਹੋ ਸਕਦੀ ਆ। ਬਾਰਡਰ ਏਰੀਆ ਹੋਣ ਕਰਕੇ ਇੰਡਸਟਰੀ ਉੱਥੇ ਲੱਗ ਨਹੀਂ ਸਕਦੀ, ਮਿੱਟੀ ਰੇਤਲੀ ਹੋਣ ਕਰਕੇ ਉੱਥੇ ਬਸੋਂ ਬਿਲਕੁਲ ਬਿਰਲੀ ਆ, ਤਾਂ ਉਹਨਾਂ ਦੇ ਪੀਣ ਲਈ ਵੀ ਉਹ ਵਰਤਣਿਆ ਜਾ ਨਹੀਂ ਸਕਦਾ ਪਾਣੀ, ਖੇਤੀ ਵਾਲੀ ਜ਼ਮੀਨ ਹੈ ਨਹੀਂ। ਤਾਂ ਤਿੰਨੇ ਹੀ ਜਿਹੜੇ ਦੁਨੀਆ ਦੇ ਜਿਹਨਾਂ ਗੱਲਾਂ ਕਰਕੇ ਨਹਿਰਾਂ ਕੱਢੀਆਂ ਜਾਂਦੀਆਂ, ਉਹ ਤਿੰਨੇ ਹੀ ਉੱਥੇ ਸੰਭਵ ਨਹੀਂ, ਤਾਂ ਫਿਰ ਹੋਰ ਕਿਹੜਾ ਕਾਰਨ ਗਿਣਿਆ ਜਾਏ ਵੀ ਜਿਹਦੇ ਕਰਕੇ ਉਹ ਨਹਿਰ ਕੱਢੀ ਹੋਈ ਹੈ। ਤਾਂ ਇਹੀ ਸਮਝ ਆਉਂਦੀ ਹੈ ਵੀ ਉਹ ਡਿਫੈਂਸ ਲਾਈਨ ਦੇ ਤੌਰ 'ਤੇ ਇੰਡੀਆ ਨੇ ਕੱਢੀ ਹੋਈ ਹੈ। ਰਾਜਸਥਾਨ ਨੂੰ ਇੰਦਰਾ ਗਾਂਧੀ ਨਹਿਰ ਰਾਹੀਂ ਪੰਜਾਬ ਦੇ ਦਰਿਆਵਾਂ ਦਾ 80 ਲੱਖ ਏਕੜ ਫੁੱਟ ਪਾਣੀ ਦਿੱਤਾ ਜਾ ਰਿਹਾ ਹੈ। ਹਰਿਆਣੇ ਨੂੰ ਵੀ ਪੰਜਾਬ ਦੇ ਦਰਿਆਵਾਂ ਵਿੱਚੋਂ 59 ਲੱਖ ਏਕੜ ਫੁੱਟ ਦੇ ਕਰੀਬ ਪਾਣੀ ਪਹਿਲਾਂ ਹੀ ਮਿਲ ਰਿਹਾ ਹੈ। ਪੰਜਾਬ ਦੇ ਡੈਮਾਂ ਉੱਤੇ ਕੇਂਦਰ ਸਰਕਾਰ ਦਾ ਕਬਜ਼ਾ ਹੈ, ਜਿਸ ਕਾਰਨ ਪਾਣੀਆਂ ਦੀ ਇਸ ਗੈਰ ਕਾਨੂੰਨੀ ਤੇ ਗੈਰ ਸੰਵਿਧਾਨਕ ਵੰਡ ਰਾਹੀਂ ਪੰਜਾਬ ਦੇ ਹਿੱਸੇ ਆਇਆ ਪਾਣੀ ਵੀ
ਪੂਰਾ ਨਹੀਂ ਮਿਲਦਾ। ਦੂਜਾ ਇਹ ਕਿ ਪੰਜਾਬ ਦੇ ਸੰਬੰਧੀ ਜਿਸ ਵੇਲੇ ਨਹੀਂ ਫੈਸਲੇ ਲਏ ਜਾਂ ਜ਼ਰੂਰਤ ਦੇ, ਉਹਨਾਂ ਦੇ ਵਿੱਚ ਵੀ ਡਬਲ ਸਟੈਂਡਰਡ ਰੱਖਿਆ। 1970 ਦੇ ਵਿੱਚ ਜਿਸ ਵੇਲੇ ਗੰਗਾ ਦੇ ਪਾਣੀ ਦਾ ਬੰਗਲਾਦੇਸ਼ ਦੇ ਨਾਲ ਗੱਲ ਚੱਲੀ, ਇਹਨਾਂ ਦੀ ਪਾਕਿਸਤਾਨ ਨਾਲ ਚੱਲੀ 70 'ਚ, ਉੱਧਰ ਬੰਗਲਾ ਗੰਗਾ ਦੀ ਵੀ ਚੱਲੀ, ਗੰਗਾ ਵਾਲੇ ਮਸਲੇ ਦੇ ਵਿੱਚ ਇੰਡੀਆ ਨੇ ਆਪਣਾ ਜਿਹੜੀ ਜ਼ਰੂਰਤ ਦਾ ਕਲੇਮ ਹੈ ਉਸ ਵੇਲੇ 1970 ਦੇ ਵੇਲੇ ਕਿਹਾ, 75 ਦੇ ਵੇਲੇ ਜਿਸ ਵੇਲੇ ਵੀ ਗੱਲ ਚੱਲੀ 70 ਤੋਂ 75 ਦੇ ਦਰਮਿਆਨ, ਉਹਨੀ ਵੀ ਸਾਨੂੰ 2000 'ਚ ਕਿੰਨਾ ਪਾਣੀ ਚਾਹੀਦਾ, ਯਾਨੀ ਕਿ 25 ਸਾਲ ਅਗਲੀ ਫਿਊਚਰ ਦੀ ਜ਼ਰੂਰਤ ਦੇ ਹਿਸਾਬ ਦੇ ਨਾਲ ਆਪਣੀ ਡਿਮਾਂਡ ਰੱਖੀ ਸੀਗੀ ਪੰਜਾਬ ਦੇ ਸੰਬੰਧ ਦੇ ਵਿੱਚ ਪਿਛਲੇ ਦੇ ਹਿਸਾਬ ਨਾਲ ਰੱਖੀ। ਇੱਕ ਦੂਜਾ ਇਹ ਕਿ ਉਸ ਵੇਲੇ ਜੋ ਵਾਟਰ ਪਾਲਿਸੀ ਇੰਗਲਿਸ਼ ਗਵਰਨਮੈਂਟ ਬ੍ਰਿਟਿਸ਼ ਗਵਰਨਮੈਂਟ ਵੇਲੇ ਦੀ ਸੀਗੀ ਉਹਦੇ ਮੁਤਾਬਕ ਇਹ ਸੀਗਾ ਕਿ ਜਿੰਨਾ ਵੀ ਟੋਟਲ ਪਾਣੀ ਦਰਿਆ ਦੇ ਵਿੱਚ ਚੱਲ ਰਿਹਾ ਉਹ 'ਚੋਂ 75% ਜਿਹੜਾ ਪਾਣੀ ਆ ਉਹੀ ਤੁਸੀਂ ਯੂਜ਼ ਕਰਨਾ, 25% ਜਿਹੜਾ ਹੈਗਾ ਉਹ ਦਰਿਆ ਦੇ ਜਿਹੜੇ ਦਰਿਆ ਦੀ ਆਪਣੀ ਲਾਈਫ ਪਲੱਸ ਜਿਹੜੇ ਦਰਿਆ ਦੇ ਪਾਣੀ ਦੇ ਆਧਾਰ 'ਤੇ ਜਿਹੜੇ ਜਲ ਵਾਲੇ ਜੀਵ ਹੈਗੇ ਆ ਉਹ ਜਿਉਂਦੇ ਰਹਿਣ ਅਤੇ ਰੀਚਾਰਜ ਹੁੰਦਾ ਰਹੇ ਧਰਤੀ ਦਾ ਪਾਣੀ। ਉਹਦੇ ਲਈ ਇਹ ਹੈਗਾ ਕਿ 25% ਪਾਣੀ ਜਿਹੜਾ ਦਰਿਆ 'ਚ ਚੱਲਦਾ ਰੱਖਣਾ, ਹੈ ਨਾ। ਪੰਜਾਬ ਦੇ ਪਾਣੀ ਵਰਤਣ ਲੱਗੀ ਇਹ ਪੋਲਿਸੀ ਵੀ ਛੱਡ ਦਿੱਤੀ, ਪੰਜਾਬ ਦੇ ਸਾਰੇ ਹੀ ਪਾਣੀ ਵਰਤਣ ਦੀ ਗੱਲ ਆ ਗਈ। ਅੱਛਾ, ਜਦੋਂ ਇੰਡਸ, ਦੂਜੀ ਗੱਲ ਇਹ ਆ ਵੀ ਜੇ ਉਹ ਰਾਜਸਥਾਨ ਨਾ ਜਾਂਦਾ ਤਾਂ ਪੰਜਾਬ ਉਹਦਾ ਕਿਆ ਕਰਦਾ ਪਾਣੀ ਦਾ, ਹੈ ਨਾ। ਇੰਡਸ ਵਾਟਰ ਟ੍ਰੀਟੀ ਦੇ ਵਿੱਚ ਵੀ ਪ੍ਰੋਵੀਜ਼ਨ ਸੀਗੀ ਜਿਹੜਾ ਪਾਕਿਸਤਾਨ ਨੂੰ ਮਿਲ ਗਿਆ ਪਾਣੀ, ਉਹਨਾਂ ਨੇ ਵੀ 10 ਸਾਲ ਇਹ ਦਿੱਤੇ ਗਏ ਸੀਗੇ ਕਿ 10 ਸਾਲ ਦੇ ਵਿੱਚ ਜਿੰਨਾ ਪਾਣੀ ਤੁਹਾਨੂੰ ਦਿੱਤਾ ਗਿਆ ਉਹਦੀ ਮੈਕਸੀਮਮ ਯੂਜ ਲਈ ਤੁਸੀਂ ਆਪਣੀਆਂ ਨਹਿਰਾਂ ਦੇ ਹੈੱਡਵਰਕਸ ਬਣਾ ਲਓ। ਤੋ ਉਸੇ ਟਾਈਮ ਦੇ ਵਿੱਚ ਪੰਜਾਬ ਦੀ ਵੀ ਡਿਮਾਂਡ ਬਹੁਤ ਵੱਧ ਗਈ ਸੀਗੀ ਪਾਣੀ ਦੀ ਵਰਤੋਂ ਦੀ। ਤੋ ਪੰਜਾਬ ਦੇ ਵਿੱਚ ਤਾਂ ਪਾਣੀ ਅੱਜ ਇਸ ਵੇਲੇ ਜਿੰਨਾ ਟੋਟਲ ਹੁਣ ਹੈਗਾ ਇਲਾਕਾ ਪੰਜਾਬ ਦਾ, ਜਿਹੜਾ ਹੁਣ ਵਾਲਾ ਪੰਜਾਬ ਹੈ, ਉਹਦੇ ਵਿੱਚ 1 ਕਰੋੜ ਏਕੜ ਪੰਜਾਬ ਦੇ ਵਿੱਚ ਖੇਤ ਨੇ, 1 ਕਰੋੜ ਏਕੜ ਰਕਬਾ ਪੰਜਾਬ ਦਾ, ਅਤੇ 1 ਕਰੋੜ ਦੇ ਵਿੱਚੋਂ ਪੰਜਾਬ 'ਚ ਸਿਰਫ 35 ਲੱਖ ਏਕੜ ਹੈ ਜਿਹੜਾ ਉਹ ਨਹਿਰੀ ਪਾਣੀ ਰਾਹੀਂ ਸਿੰਜ ਹੋ ਰਿਹਾ, 50 ਲੱਖ ਏਕੜ ਜਿਹੜਾ ਅੱਜ ਟਿਊਬਵੈੱਲਾਂ ਰਾਹੀਂ ਸਿੰਜ ਹੋ ਰਿਹਾ, ਅਤੇ 20 ਲੱਖ ਏਕੜ ਜਿਹੜਾ ਕੰਢੀ ਦਾ ਏਰੀਆ ਪੰਜਾਬ ਦਾ ਉਹ ਆ ਜਿਹੜਾ ਬਰਾਨੀ ਆ ਜਿੱਥੇ ਪਾਣੀ ਦੀ ਸਿੰਚਾਈ ਦਾ ਕੋਈ ਸਾਧਨ ਨਹੀਂ ਹੈ। ਤੋ ਪੰਜਾਬ ਦੇ ਵਿੱਚ ਟੋਟਲ ਜ਼ਮੀਨ ਜਿਹੜੀ ਹੁਣ ਵਾਲੇ ਪੰਜਾਬ ਦੀ 66 ਤੋਂ ਬਾਅਦ ਵਾਲੀ ਦੀ, ਉਹਦੇ ਵਿੱਚ ਸਿਰਫ ਪੰਜਾਬ 33% 30% ਨੂੰ ਹੀ ਨਹਿਰੀ ਪਾਣੀ ਲਾ ਰਿਹਾ। ਤੋ ਪੰਜਾਬ ਦੇ ਕੋਲ ਦਾ ਆਪਣਾ ਹੀ ਬਹੁਤ ਪੋਟੈਂਸ਼ੀਅਲ ਪਿਆ ਨਹਿਰੀ ਪਾਣੀ ਨੂੰ ਡਿਵੈਲਪ ਕਰਨ ਦਾ। 70% ਪੰਜਾਬ ਦੀ ਜ਼ਮੀਨ ਆ ਜਿਹੜੀ ਉਹ ਜਾਂ ਤਾਂ ਟਿਊਬਵੈੱਲਾਂ 'ਤੇ ਨਿਰਭਰ ਆ ਜਾਂ ਮੀਂਹ 'ਤੇ ਨਿਰਭਰ ਆ। ਤੋ ਪੰਜਾਬ ਆਪਣੇ ਲਈ ਡਿਵੈਲਪ ਕਰ ਸਕਦਾ ਸੀਗਾ ਪਾਣੀ, ਪੰਜਾਬ ਨੂੰ ਤਾਂ ਮੌਕਾ ਹੀ ਨਹੀਂ ਦਿੱਤਾ ਗਿਆ ਆਪਣੇ ਲਈ ਡਿਵੈਲਪ ਕਰਨ ਦਾ। ਪੰਜਾਬ ਆਪਣੀ ਲੋੜਾਂ ਪੂਰੀਆਂ ਕਰਨ ਲਈ ਜ਼ਮੀਨੀ ਪਾਣੀ ਉੱਤੇ ਨਿਰਭਰ ਹੈ, ਪਰ ਪੰਜਾਬ ਦਾ ਜ਼ਮੀਨੀ ਪਾਣੀ ਹੁਣ ਮੁੱਕਣ ਕੰਢੇ ਪਹੁੰਚ ਚੁੱਕਾ ਹੈ। ਸਾਲ 2017 ਦੇ ਸਰਕਾਰੀ ਖੋਜ ਲੇਖੇ ਮੁਤਾਬਕ ਪੰਜਾਬ ਦਾ 300 ਮੀਟਰ ਡੂੰਘਾਈ ਤੱਕ ਦਾ ਕੁੱਲ ਧਰਤੀ ਹੇਠਲਾ ਜਲ ਭੰਡਾਰ 2600 ਲੱਖ ਏਕੜ ਫੁੱਟ ਸੀ। ਹਰ ਸਾਲ 175 ਲੱਖ ਏਕੜ ਫੁੱਟ ਪਾਣੀ ਰਿਸਕੇ ਜ਼ਮੀਨੀ ਜਲ ਭੰਡਾਰ ਵਿੱਚ ਮਿਲ ਜਾਂਦਾ ਹੈ, ਪਰ ਅਸੀਂ ਹਰ ਸਾਲ 290 ਲੱਖ ਏਕੜ ਫੁੱਟ ਪਾਣੀ ਧਰਤੀ ਹੇਠੋਂ ਕੱਢ ਰਹੇ ਹਾਂ। ਇੰਜ ਪੰਜਾਬ ਦੇ ਧਰਤੀ ਹੇਠਲੇ ਜਲ ਭੰਡਾਰ ਵਿੱਚ ਹਰ ਸਾਲ 115 ਲੱਖ ਏਕੜ ਫੁੱਟ ਦਾ ਘਾਟਾ ਪੈ ਜਾਂਦਾ ਹੈ। ਸੋ 2600 ਲੱਖ ਏਕੜ ਫੁੱਟ ਦਾ ਇਹ ਜਲ ਭੰਡਾਰ ਅਗਲੇ ਕਰੀਬ 1.5 ਦਹਾਕੇ ਵਿੱਚ ਮੁੱਕ ਜਾਵੇਗਾ ਅਤੇ ਪੰਜਾਬ ਦੀ ਹਾਲਤ ਰੇਗਿਸਤਾਨ ਵਾਲੀ ਹੋਵੇਗੀ। ਪੰਜਾਬ ਦੇ ਦਰਿਆਈ ਪਾਣੀਆਂ ਦਾ ਮਸਲਾ ਦਰਸਾਉਂਦਾ ਹੈ ਕਿ ਇੰਡੀਆ ਅੰਦਰ ਪੰਜਾਬ ਦੇ ਕੁਦਰਤੀ ਸਾਧਨਾਂ ਦੀ ਵਰਤੋਂ ਇੱਕ ਬਸਤੀ ਵਾਂਗ ਹੋਈ ਹੈ ਜੋ ਕਿ ਅੱਜ ਤੱਕ ਜਾਰੀ ਹੈ।
ਪੰਜਾਬ ਦੇ ਦਰਿਆਈ ਪਾਣੀਆਂ ਦੀ ਵੰਡ ਦੇ ਸੰਬੰਧ ਵਿੱਚ ਦਿੱਲੀ ਦਰਬਾਰ ਦੀ ਪਹੁੰਚ, ਨਿਆਂ, ਵਿਚਾਰ ਅਤੇ ਕੌਮਾਂਤਰੀ ਮਾਨਤਾ ਪ੍ਰਾਪਤ ਮਾਪਦੰਡਾਂ ਨੂੰ ਲਾਗੂ ਕਰਨ ਦੀ ਬਜਾਏ ਧੱਕੇਸ਼ਾਹੀ ਵਾਲੀ ਰਹੀ ਹੈ। 1947 ਤੋਂ ਬਾਅਦ ਹੀ ਲਗਾਤਾਰ ਪੰਜਾਬ ਦੇ ਲੋਕ ਆਪਣੇ ਹਰੇਕ ਹੱਕ ਦੇ ਲਈ ਉਹਨਾਂ ਨੂੰ ਲਗਾਤਾਰ ਹੀ ਲੜਨਾ ਪੈ ਰਿਹਾ। ਜਿਹੜਾ ਇਹ ਨਹਿਰੀ ਪਾਣੀਆਂ ਦੀ ਵੰਡ ਦਾ ਮਸਲਾ, ਉਹਦੇ 'ਤੇ ਲਗਾਤਾਰ ਹੀ ਐਜੀਟੇਸ਼ਨ ਰਿਹਾ। ਇਹ ਹੋ ਸਕਦਾ ਵੀ ਕਿਸੇ ਇੱਕ ਮਸਲੇ 'ਤੇ ਜਿਹੜਾ ਜ਼ਿਆਦਾ ਕੰਬਸਟੀਬਲ ਬਣ ਗਿਆ, ਉਹ 'ਤੇ ਸਿੱਧਾ ਕਿਸੇ 'ਤੇ ਅਸਿੱਧਾ। ਪੰਜਾਬ ਦੇ ਦਰਿਆਵਾਂ ਦੀ ਵੰਡ ਨੂੰ ਪੰਜਾਬ ਦੇ ਨਾ ਲੋਕਾਂ ਨੇ ਨਾ ਪੰਜਾਬ ਦੀਆਂ ਪੋਲੀਟੀਕਲ ਪਾਰਟੀਆਂ ਨੇ ਬਿਲਕੁਲ ਸਾਦੇ ਮਨ ਨਾਲ ਕਦੇ ਨਹੀਂ ਮੰਨਿਆ। ਇਹਨਾਂ ਨੂੰ ਜਾਂ ਤਾਂ ਪ੍ਰੈਸ਼ਰ ਦੇ ਨਾਲ ਮਨਾਇਆ ਗਿਆ, ਜਾਂ ਜਿਹੜੀਆਂ ਰਾਜਨੀਤਿਕ ਕੂੜ ਚਾਲਾਂ ਹੁੰਦੀਆਂ ਉਹਨਾਂ ਦੇ ਨਾਲ ਮੂਰਖ ਬਣਾ ਕੇ ਇਹ ਰੱਖਿਆ ਗਿਆ। ਅਨੰਦਪੁਰ ਸਾਹਿਬ ਦਾ ਜਿਹੜਾ ਮਤਾ ਸੀਗਾ, ਜਿਹਦੇ 'ਤੇ ਅਕਾਲੀ ਦਲ ਨੇ ਸਾਰਾ ਸਦਾ ਸੰਘਰਸ਼ ਕੀਤਾ, ਉਹਦੇ ਵਿੱਚ ਵੀ ਐਕਚੁਅਲੀ ਇਹੀ ਗੱਲਾਂ ਸੀਗੀਆਂ। ਪੰਜਾਬ ਦੇ ਹੈੱਡਵਰਕਸ ਵਾਪਸ ਲੈਣ ਦਾ ਰੌਲਾ, ਈਵਨ ਕੋਰਟ ਤੱਕ ਵੀ ਗਏ। ਈਵਨ ਜਿਹੜੀ ਪੋਲੀਟੀਕਲ ਐਜੀਟੇਸ਼ਨ ਹੋਈ, ਉਹ ਸਾਰੀ ਅਸਿੱਧੇ ਰੂਪ ਦੇ ਵਿੱਚ ਇਹ ਮਸਲਿਆਂ ਨੂੰ ਹੀ ਡੀਲ ਕਰਨ ਵਾਲੀ ਸੀਗੀ। ਪੰਜਾਬ ਦੇ ਮਸਲੇ ਹੀ ਇੰਨੇ ਹੋ ਗਏ ਸੀਗੇ, ਇੰਨੇ ਬਣ ਗਏ, ਇੰਨੇ ਖੜ੍ਹੇ ਕਰ ਦਿੱਤੇ ਗਏ, ਕੋਈ ਵੀ ਸੋਲਵ ਨਹੀਂ ਕੀਤਾ ਹੋਇਆ। ਤਾਂ ਉਹਨਾਂ ਨੂੰ ਸਪੈਸੀਫਿਕਲੀ ਇਕੱਲੇ ਇਕੱਲੇ ਨੂੰ ਡੀਲ ਕਰਨ ਦੀ ਬਜਾਏ, ਸਿੱਖ ਸਦਾ ਹੀ ਇਸ ਗੱਲ ਦੇ ਉੱਤੇ ਰਹੇ ਆ ਵੀ ਸਾਨੂੰ ਵੱਧ ਅਧਿਕਾਰ ਮਿਲਣ ਜਾਂ ਆਜ਼ਾਦੀ ਮਿਲੇ। ਆਜ਼ਾਦੀ ਆਏਗੀ ਜਾਂ ਵੱਧ ਅਧਿਕਾਰ ਆਏਗਾ, ਤਦੇ ਹੀ ਮੈਨੂੰ ਲੱਗਦਾ ਇਹ ਕੰਪੀਟੈਂਟਲੀ ਅਸੀਂ ਇਹ ਮਸਲੇ ਹੱਲ ਕਰਨ ਲਈ ਕਰ ਸਕਾਂਗੇ ਆਪਣੀ ਚਾਰਾਜੋਈ। ਦਿੱਲੀ ਦਰਬਾਰ ਦੇ ਅਦਾਰਿਆਂ ਜਿਵੇਂ ਕਿ ਟ੍ਰਿਬਿਊਨਲਾਂ, ਅਦਾਲਤਾਂ ਆਦਿ ਦੇ ਦਖਲ ਨਾਲ ਪੰਜਾਬ ਦੇ ਦਰਿਆਈ ਪਾਣੀਆਂ ਦੇ ਮਸਲੇ ਦਾ ਕੋਈ ਸਾਰਥਕ ਹੱਲ ਨਹੀਂ ਨਿਕਲਿਆ, ਬਲਕਿ ਇਹ ਦਖਲ ਪੰਜਾਬ ਦੀ ਸੱਭਿਅਤਾ ਦੀ ਹੋਂਦ ਨਾਲ ਜੁੜੇ ਇਸ ਮਸਲੇ ਉੱਤੇ ਸਿਆਸਤ ਹੀ ਭਖਾਉਂਦਾ ਰਿਹਾ ਹੈ। ਅਤੇ ਹੁਣ ਵੀ ਦਿੱਲੀ ਦਰਬਾਰ ਦੀ ਇਹੀ ਪਹੁੰਚ ਹੈ। ਇਹ ਲੁੱਟ ਪੰਜਾਬ ਦੀ ਸੱਭਿਅਤਾ ਦੇ ਉਜਾੜੇ ਦਾ ਮੁੱਢ ਬਣ ਰਹੀ ਹੈ, ਜਿਸ ਨੂੰ ਰੋਕਣਾ ਤਾਂ ਹੀ ਸੰਭਵ ਹੈ ਜੇਕਰ ਇਸ ਬਾਰੇ ਹਰ ਪੰਜਾਬ ਹਿਤੈਸ਼ੀ ਆਪਣੀ ਜ਼ਿੰਮੇਵਾਰੀ ਸਮਝੇ। ਪਾਣੀ ਪੰਜਾਬ ਦੇ ਲਈ ਕੁਦਰਤ ਦੀ ਸਭ ਤੋਂ ਵੱਡੀ ਦੇਣ ਹੈ। ਤੋ ਪੰਜਾਬ ਦੇ ਵਿੱਚ ਜਿਹੜਾ ਪਾਣੀ ਵਰਤਿਆ ਜਾਣਾ ਜਾਂ ਪਾਣੀ ਦੇ ਨਾਲ ਜਿਹੜਾ ਸੰਬੰਧਿਤ ਪੰਜਾਬ ਦੀ ਸਾਰੀ ਸੱਭਿਅਤਾ ਆ, ਪੰਜਾਬ ਦਾ ਸਾਰਾ ਸਮਾਜ ਹੈ, ਪੰਜਾਬ ਦੇ ਸਿੱਖਾਂ ਦੀ ਵਸੋਂ ਤਾਂ ਅੱਧੀ ਹੈ, ਅੱਧੀ ਤੋਂ ਵੱਧ ਜਿਹੜੀ ਵਸੋਂ ਉਹ ਗੈਰ ਸਿੱਖ ਹੈ। ਜੇ ਪੰਜਾਬ ਨੂੰ ਇਹ ਨਹਿਰ ਜਿਹੜੀ ਸਭ ਤੋਂ ਵੱਡੀ ਹੈ ਇਹ ਨਹੀਂ ਮਿਲਦੀ, ਤਾਂ ਉਹਦਾ ਸਿੱਟਾ ਇਹ ਨਿਕਲ ਰਿਹਾ ਕਿ ਪੰਜਾਬ ਦਾ ਜਿਹੜਾ ਧਰਤੀ ਦਾ ਪਾਣੀ, ਜ਼ਮੀਨਦੋਜ਼ ਪਾਣੀ, ਉਹ ਖਤਮ ਹੋ ਜਾਣਾ। ਪੰਜਾਬ ਦਾ ਜ਼ਮੀਨਦੋਜ਼ ਪਾਣੀ ਜੇ ਖਤਮ ਹੋ ਜਾਂਦਾ, ਪੰਜਾਬ ਦੀ ਇਕੱਲੀ ਇਹ ਥੋੜ੍ਹੀ ਵੀ ਖੇਤੀ ਖਤਮ ਹੋ ਜਾਣੀ, ਖੇਤੀ ਦੇ ਨਾਲ ਜਿੰਨੇ ਨਿਰਭਰ ਲੋਕ ਹੈ ਉਹ, ਪਲੱਸ ਜੇ ਪਾਣੀ ਖਤਮ ਹੋ ਜਾਂਦਾ ਤਾਂ ਪੂਰੀ ਦੀ ਪੂਰੀ ਸੱਭਿਅਤਾ, ਜਿੰਨੇ ਰਹਿਣ ਵਾਲੇ ਬੰਦੇ ਸਾਰਿਆਂ ਨੇ ਸੰਕਟ ਗ੍ਰਸਤ ਹੋਣਾ। ਇਹ ਮਸਲੇ ਹੱਲ ਕਰਨ ਲਈ ਸੰਬੰਧਿਤ ਸੂਬਿਆਂ ਦੀਆਂ ਸੰਬੰਧ ਸਮਾਜਿਕ ਧਿਰਾਂ ਨੂੰ ਨਿਆਂ, ਵਿਚਾਰ ਅਤੇ ਕੌਮਾਂਤਰੀ ਨਿਯਮਾਂ ਦੀ ਰੌਸ਼ਨੀ ਵਿੱਚ ਦਿੱਲੀ ਦਰਬਾਰ ਦੇ ਦਖਲ ਤੋਂ ਮੁਕਤ ਆਪਸੀ ਵਿਚਾਰ ਵਟਾਂਦਰੇ ਦਾ ਅਮਲ ਅਖਤਿਆਰ ਕਰਨ ਦੀ ਲੋੜ ਹੈ। ਪਰ ਇਸ ਦੇ ਨਾਲ ਹਰ ਪੰਜਾਬ ਹਿਤੈਸ਼ੀ ਨੂੰ ਇਸ ਪੰਜਾਬ ਦੇ ਦਰਿਆਈ ਪਾਣੀਆਂ ਦੇ ਮਾਮਲੇ ਬਾਰੇ ਪੰਜਾਬ ਦੇ ਹਿੱਤਾਂ ਦੀ ਰਾਖੀ ਕਰਨ ਲਈ ਆਪਣਾ ਫਰਜ਼ ਪਛਾਣਨ ਅਤੇ ਅਮਲਾਂ 'ਤੇ ਕੁਰਬਾਨੀ ਦਾ ਰਸਤਾ ਅਖਤਿਆਰ ਕਰਨ ਲਈ ਤਤਪਰ ਰਹਿਣ ਦੀ ਲੋੜ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।